ਜਾਓ ਫਿਰ ਦਰਦਨ ਦੀ ਗਲੀ ਮੁੜ ਜਾਓ ਇਸ ਮਾਰ ਪੈਰ ਦਰੀ ਜੈ ਸਿਰ ਦੀਜੇ ਕਾਨ ਦੀ ਜੈ ਮਰ ਪੈਰ ਦਰੀ ਜੈ ਸਿਰ ਦੀਜੇ ਕਾਨ ਦੀ ਜੈ ਪਹਿਲਾਂ ਮਰਨ ਕਬੂ ਪਹਿਲਾ ਮਰਨ ਕਬੂ ਜੀਵਨ ਕੀ ਛੱਡਣਾ ਪਹਿਲਾ ਮਰਨ ਕਬੂ ਪਹਿਲਾ ਮਰਨ ਕਬੂ ਮਰਨਾ ਹੈ ਕਈ ਤਰ੍ਹਾਂ ਇੱਕ ਮਰਨਾ ਹੈ ਸਰੀਰ ਕਰਕੇ ਇੱਕ ਜਿਸਨੇ ਆਪਣੀ ਹਉਮੈ ਨੂੰ ਮਾਰ ਲਿਆ ਉਹ ਮਰਦੀ ਹੈ ਗੁਰੂ ਦੇ ਸ਼ਬਦ ਨਾਲ ਜੇ ਕੋਈ ਮਾਰ ਲਵੇ ਤਾਂ ਸਾਹਿਬ ਆਖਦੇ ਨੇ ਅਮਰ ਹੋ ਗਏ ਗੁਰ ਕੇ ਸ਼ਬਦੇ ਜੇ ਮਰੈ ਫਿਰ ਮਰੇ ਨਾ ਦੂਜੀ ਵਾਰ ਜਲ ਬਿਲੋਵੇ ਜਲ ਮਥੇ ਸਤ ਲੋੜੇ ਅੰਧ ਅਗਿਆਨੀ ਜੋ ਅਗਿਆਨੀ ਸਨ ਜਿਨ੍ਹਾਂ ਨੂੰ ਗਿਆਨ ਨਹੀਂ ਪਤਾ ਨਹੀਂ ਇਸ ਰਾਹ ਦੇ ਜਾਣੂ ਨਹੀਂ ਉਹ ਪਾਣੀ ਨੂੰ ਰਿੜਕ ਰਹੇ ਪਾਣੀ ਰਿੜਕਿਆਂ ਮੱਖਣ ਮਿਲ ਜਾਏਗਾ ਸਾਹਿਬ ਆਖਦੇ ਨੇ ਨਹੀਂ ਪਾਣੀ ਵਿੱਚ ਮੱਖਣ ਹੈ ਹੀ ਨਹੀਂ ਤਾਂ ਨਿਕਲੇਗਾ ਕੀ ਇਸੇ ਤਰ੍ਹਾਂ ਸੰਸਾਰੀ ਦੁਨੀਆਂ ਨੂੰ ਪੈਰ ਰਿੜਕਦੇ ਹਨ ਅਤੇ ਫਿਰ ਮੰਗਦੇ ਹਨ ਸ਼ਾਂਤੀ ਹਿਸਾਬ ਕੀਤਾ ਜੀ ਬਚਿਆ ਤਾਂ ਚੋਖਾ ਹੈ ਪਰ ਮਨ ਨੂੰ ਸ਼ਾਂਤੀ ਕਰੀ ਬਈ ਸ਼ਾਂਤੀ ਵਿੱਚ ਹੋਵੇ ਤਾਂ ਮਿਲੇ ਇਸ ਵਿੱਚ ਤਾਂ ਸ਼ਾਂਤੀ ਹੈ ਹੀ ਨਹੀਂ ਪਾਣੀ ਨੂੰ ਕੋਈ ਰਿੜਕ ਕੇ ਆਖੇ ਮੈਨੂੰ ਮੱਖਣ ਨਹੀਂ ਮਿਲਿਆ ਜਲ ਬਿਲੋਵੈ ਜਲ ਮਥੈ ਸਤ ਲੋੜੇ ਅੰਧ ਅਗਿਆਨਾ ਕੀ ਮੱਛੀਏ ਗੁਰਮੱਥੀ ਦੁੱਧ ਮੱਛੀਏ ਗੁਰੂ ਦੀ ਮਤ ਲੈ ਕੇ ਜੇ ਦੁੱਧ ਨੂੰ ਰਿੜਕੀਏ ਤਾਂ ਕੀ ਮਿਲੇਗਾ ਅੰਮ੍ਰਿਤ ਪਾਈਏ ਨਾਮ ਨਿਧਾਨਾ ਅੰਮ੍ਰਿਤ ਪ੍ਰਾਪਤ ਹੋਵੇਗਾ ਦੁੱਧ ਰਿੜਕੇਗਾ ਮੱਖਣ ਨਿਕਲੇਗਾ ਗੁਰਮਤੀ ਦਦ ਮੱਛੀ ਹੈ ਗੁਰੂ ਦੀ ਕਿਰਪਾ ਨਾਲ ਜੇ ਗੁਰਮੰਤਰ ਦਾ ਜਾਪ ਕਰੇਗਾ ਮਨ ਲਾ ਕੇ ਤਾਂ ਤੈਨੂੰ ਵਿੱਚੋਂ ਅੰਮ੍ਰਿਤ ਪ੍ਰਾਪਤ ਹੋਵੇ ਗੁਰਮਤੀ ਦਦ ਮੱਛੀ ਹੈ ਅੰਮ੍ਰਿਤ ਪਾਈਏ ਨਾਮ ਨਿਧਾਨਾ
ਪਰ ਮਨਮੁਖ ਤੱਤ ਨਾ ਜਾਣੇ। ਕਿਉਂ ਪਸ਼ੂ ਮਾਏ ਸਮਾਨ, ਪਸ਼ੂ ਨੂੰ ਕੀ ਪਤਾ, ਉਹ ਤਾਂ ਅਗਿਆਨੀ ਹੈ। ਇਤਨੀ ਅਕਲ ਉਸਨੂੰ ਹੈ ਵੀ ਜੋ ਕੁਝ ਪਿਆ ਸਾਹਮਣੇ ਖਾ ਲਵੋ। ਖਾਣ ਵਾਸਤੇ ਰੱਸਾ ਵੀ ਚੁੜਾਉਂਦਾ ਕੋਈ ਸ਼ੈ ਖਾਣ ਵਾਲੀ ਵੇਖ ਕੇ। ਜੇ ਇਤਨਾ ਹੀ ਗਿਆਨ ਮਨੁੱਖ ਨੂੰ ਹੋਵੇ ਤਾਂ ਮਨੁੱਖ ਔਰ ਪਸ਼ੂ ਵਿੱਚ ਕੀ ਫਰਕ ਹੈ? ਜੇ ਮਨੁੱਖ ਵੀ ਖਾਣ ਪੀਣ 'ਤੇ ਹਰ ਵੇਲੇ ਡੁੱਲਿਆ ਰਹੇ, ਖਾਣ ਪੀਣ ਦੇ ਪਦਾਰਥ ਦੀ ਸੋਚ ਰਹੇ, ਅਤੇ ਇਹ ਨਾ ਸੋਚੇ ਬਈ ਇਹ ਦੇਣ ਵਾਲਾ ਕੌਣ ਹੈ, ਇਹ ਪ੍ਰਸਾਦ ਛੱਤੀ ਅੰਮ੍ਰਿਤ ਖਾ, ਇਹ ਛੱਤੀ ਪਦਾਰਥ ਜੋ ਮੈਨੂੰ ਪ੍ਰਾਪਤ ਹੁੰਦੇ ਹਨ ਇਹ ਕਿਸੇ ਦੀ ਕਿਰਪਾ, ਔਰ ਜਿਸ ਦੀ ਕਿਰਪਾ ਹੈ ਉਸਦਾ ਸ਼ੁਕਰਾਨਾ ਗੁਜ਼ਾਰੇ ਬਿਨਾਂ ਇਹ ਛੱਤੀ ਪਦਾਰਥ ਖਾਣੇ ਇਹ ਪਦਾਰਥ ਨਹੀਂ। ਉਸਦਾ ਸ਼ੁਕਰਾਨਾ ਹੈ ਨਾਮ ਜਪਣਾ, ਅਤੇ ਨਾਮ ਨਹੀਂ ਜਪਦਾ ਜਿਸ ਮੂੰਹ ਨਾਲ, ਉਸ ਮੂੰਹ ਨਾਲ ਪਦਾਰਥ ਖਾਂਦਾ ਹੈ। ਤਾਂ ਸਾਹਿਬ ਆਖਦੇ ਨੇ ਜਿਤ ਮੁੱਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਖਾਏ, ਨਾਨਕ ਇਵੇਂ ਜਾਣੀਏ ਤਿਤ ਮੁੱਖ ਥੁੱਕਾਂ ਪਾਏ। ਅਖੀ ਉਸ ਮੂੰਹ 'ਤੇ ਥੁੱਕਿਆ ਜਾਏਗਾ, ਅਤੇ ਉਹ ਨਾ ਸ਼ੁਕਰਾ ਮੂੰਹ ਹੈ ਜਿਸਨੇ ਖਾਧੇ ਛੱਤੀ ਪਦਾਰਥ ਪਰ ਸ਼ੁਕਰਾਨਾ ਨਹੀਂ ਕੀਤਾ, ਸ਼ੁਕਰ ਨਹੀਂ ਗੁਜ਼ਾਰਿਆ, ਨਾਮ ਨਹੀਂ ਜਪੇ। ਪਸ਼ੂ ਇਹ ਗੱਲ ਨਹੀਂ ਸਮਝੇਗਾ, ਮਨੁੱਖ ਤਾਂ ਜਾਣਦਾ, ਮਨਮੁੱਖ ਤੱਤ ਨਾ ਜਾਣੇ ਨਹੀਂ। ਮਨਮੁੱਖ ਅਤੇ ਪਸ਼ੂ ਵਿੱਚ ਕੋਈ ਫਰਕ ਨਹੀਂ, ਮਨਮੁੱਖ ਤੱਤ ਨਾ ਜਾਣਨੀ ਪ੍ਰਭੂ, ਪਸ਼ੂ ਮਹੇ ਸਮਾਨਾ, ਹਉਮੈ ਮੇਰਾ ਮਰੀ ਮਰ, ਮਰ ਜਨਮੈ ਵਾਰੋ ਵਾਰ, ਗੁਰ ਕੇ ਸ਼ਬਦੇ ਜੇ ਮਰੈ ਫਿਰ ਮਰੇ ਨਾ ਦੂਜੀ ਵਾਰ। ਗੁਰੂ ਦੇ ਸ਼ਬਦ ਨਾਲ ਜਿਸਨੇ ਆਪ ਨੂੰ ਮਾਰਿਆ ਹੈ ਉਹ ਮੁੜ ਦੂਜੀ ਵਾਰ ਨਹੀਂ ਮਰੇ, ਉਸਦਾ ਉਹ ਮਰਨਾ ਅਖੀਰਲਾ ਹੋ ਗਿਆ। ਤਾਂ ਸਾਹਿਬ ਅੱਜ ਦੇ ਦਿਹਾੜੇ ਆ ਵਿਸਾਖੀ ਦਾ ਦਿਨ ਕੱਢ ਕੇ ਕਿਰਪਾਨ ਖੜੋਤੇ ਹਨ ਸੋਹਣੇ ਸਟੇਜ ਦੇ ਉੱਤੇ, ਬੇਅੰਤ ਸੰਗਤਾਂ ਬੈਠੀਆਂ ਹਨ, ਉਚੇਚਾ ਸੱਦਿਆ ਹੈ, ਅੱਜ ਸੱਦਿਆ ਹੈ ਦੇਣੇ ਕੁਝ ਸੰਗਤ ਨੂੰ, ਪਰ ਉਹਨੂੰ ਜਿਹੜਾ ਇਮਤਿਹਾਨ ਪਾਸ ਕਰੇਗਾ, ਇਮਤਿਹਾਨ ਵੀ ਕਿਹੜਾ ਕਠਨ ਹੈ। ਕਿਰਪਾਨ ਕੱਢ ਕੇ ਪਏ ਆਖਦੇ ਹਨ ਕੋਈ ਮੇਰਾ ਹੈ, ਬਈ ਇਤਨੇ ਬੈਠੇ ਹੋ ਕੋਈ ਇਤਨਿਆਂ ਵਿੱਚ ਮੇਰਾ ਵੀ ਹੈ? ਸਾਰੇ ਸਿਰ ਇੱਕੇ ਵਾਰੀ ਝੁਕ ਗਏ ਕਿ ਸਾਰੇ ਹੀ ਤੇਰੇ ਹਨ, ਤੇਰੇ ਨਾ ਹੁੰਦੇ ਤੇਰੇ ਸੱਦੇ 'ਤੇ ਆਉਂਦੇ ਕਿਉਂ, ਤੇਰੇ ਚਰਨਾਂ ਵਿੱਚ ਕਿਉਂ ਹਾਜ਼ਰ ਹੁੰਦੇ, ਤੇਰੇ ਅੱਗੇ ਸਿਰ ਕਿਉਂ ਨਿਵਾਉਂਦੇ? ਸੱਦੇ 'ਤੇ ਆ ਜਾਣਾ, ਹਾਜ਼ਰ ਹੋ ਬਹਿਣਾ, ਸਿਰ ਨਿਵਾ ਦੇਣਾ ਅਜੇ ਵੀ ਕਾਫੀ ਨਹੀਂ, ਕਠਿਨ ਇਮਤਿਹਾਨ ਹੋਰ ਹੈ। ਕੋਈ ਮੇਰਾ ਹੈ ਕਿ ਜੀ ਸਾਰੇ ਤੇਰੇ ਹਨ, ਤਾਂ ਫਿਰ ਮੈਨੂੰ ਸਿਰ ਦੀ ਲੋੜ, ਸਿਰ ਦੀ ਲੋੜ ਹੈ। ਮਹਾਂਪੁਰਖ ਜੈਸਾ ਰੂਪ ਚਾਹਵਣ ਵੈਸਾ ਧਾਰ ਲੈਣ, ਕਿਉਂਕਿ ਤਾਂ ਇਤਿਹਾਸ ਪੜ੍ਹਿਆ ਪਰ ਬਾਬਾ ਜੀ ਨੂੰ ਤਾਂ ਅੱਖੀ ਵੇਖਿਆ। ਜੇ ਦੋ ਬੰਦੇ ਸਾਹਮਣੇ ਖੜੋਤੇ ਹਨ, ਇੱਕ ਨੂੰ ਤਾਂ ਇੱਕ ਅੱਖ ਨਾਲ ਖੁਸ਼ੀ ਦੇ ਰਹੇ ਹਨ ਅਤੇ ਦੂਜੇ ਨੂੰ ਕਰ ਰਹੇ ਹਨ ਤਾੜਨਾ, ਇੱਕ ਰੋ ਰਿਹਾ ਗੁੱਟਕ ਰਿਹਾ, ਉਹਨੂੰ ਉਸ ਤਰ੍ਹਾਂ ਦਿਸਦੇ ਹਨ, ਉਹਨੂੰ ਉਸ ਤਰ੍ਹਾਂ ਦਿਸਦੇ ਹਨ। ਅੱਜ ਸਾਹਿਬ ਦਸਵੇਂ ਪਾਤਸ਼ਾਹ ਸੰਗਤ ਨੂੰ ਇਸ ਤਰ੍ਹਾਂ ਦਿਸੇ
ਕਿ ਸੱਚਮੁੱਚ ਜਿਹੜਾ ਕੋਈ ਹੱਥ ਆ ਗਿਆ ਉਹਦੀ ਖੈਰ ਨਹੀਂ, ਉਹ ਜ਼ਰੂਰ ਅੱਜ ਕੱਟਿਆ ਜਾਏਗਾ। ਕਿਸੇ ਨੇ ਵਿੱਚੋਂ ਹੌਲੀ ਜੀ ਕਹਿ ਵੀ ਦਿੱਤਾ, ਜਾਪਦਾ ਜੀ ਗੁਰੂ ਤੇ ਖੂਨ ਸਵਾਰ ਅਸੀਂ ਤਾਂ ਬਈ ਗਲਤੀ ਕੀਤੀ ਜੋ ਆ ਗਏ। ਨਾਲ ਦੇ ਨੂੰ ਕਹਿੰਦਾ ਉੱਠ ਚੱਲੀਏ, ਉਹ ਆਖਦਾ ਜਰਾ ਕਿ ਠਹਿਰ ਤਾਂ ਸਹੀ, ਵੇਖ ਅਗਾਂਹ ਕੀ ਆਖਦੇ ਸੀ। ਤਾਹੀਂ ਜੇ ਦੂਜੀ ਆਵਾਜ਼ ਆਈ ਸਿਰ ਦੀ ਲੋੜ। ਮੇਰਾ ਤਾਂ ਪਹਿਲਾ ਸੱਦਾ ਤੁਹਾਨੂੰ ਇਹ ਹੈ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਜਿਹਨਾਂ ਪਹਿਲਾਂ ਹੀ ਸਿਰ ਨੂੰ ਤਲੀ 'ਤੇ ਰੱਖਿਆ ਇਸ ਗਲੀ ਵਿੱਚ ਆਉਣ ਤੋਂ ਪਹਿਲਾਂ, ਉਹਨਾਂ ਨੂੰ ਸਿਰ ਦੇਣਾ ਕੋਈ ਵੱਡੀ ਗੱਲ ਨਹੀਂ। ਅਤੇ ਜੇ ਭਾਈ ਨਹੀਂ ਦਿੱਤਾ ਤਾਂ ਹੁਣ ਦੇ ਲਓ, ਆ ਤਲਵਾਰ ਹਾਜ਼ਰ ਹੈ ਕਿਰਪਾਨ, ਜਿਹੜਾ ਆਇਆ ਉਹਦਾ ਸਿਰ ਲਾ ਗਿਆ। ਕਿਉਂਕਿ ਮੈਨੂੰ ਸਿਰ ਦੀ ਅੱਜ ਬੜੀ ਲੋੜ ਹੈ, ਇੱਕ ਐਸੀ ਲੋੜ ਪੈ ਗਈ ਹੈ ਜਿਹੜੀ ਸਿਰ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ। ਕਿੱਡਾ ਕਠਿਨ ਇਮਤਿਹਾਨ ਹੈ, ਪਰ ਇਸ ਇਮਤਿਹਾਨ ਦੇ ਪਿੱਛੇ ਬਖਸ਼ਿਸ਼ ਕਿੱਡੀ ਹੈ। ਕਦੇ ਕਦੇ ਬਾਬਾ ਜੀ ਉਸੇ ਚਾ ਆਖ ਕੇ ਇਹ ਸ਼ਬਦ ਸੁਣਦੇ ਸਨ, ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਸਿਰ ਦੇਣਾ। ਇਹ ਤਾਂ ਬੜਾ ਸੁਖੈਨ ਇਮਤਿਹਾਨ ਹੈ, ਬੜਾ ਸੌਖਾ ਹੈ ਬਈ ਸਵੇਰੇ ਉੱਠ। ਜੋ ਸਵੇਰੇ ਨਹੀਂ ਉੱਠ ਸਕਦਾ ਉਹ ਸਿਰ ਦੇ ਸਕਦਾ। ਹੁਕਮ ਹੈ ਸੰਗਤ ਵਿੱਚ ਆ, ਜੋ ਸੰਗਤ ਵਿੱਚ ਨਹੀਂ ਆ ਸਕਦਾ ਉਹ ਸਿਰ ਦੇ ਸਕਦਾ। ਮੈਂ ਹੱਕ ਹਾਂ ਮਨਸੂਰ ਨੇ ਕਿਹਾ, ਮੈਂ ਹੱਕ ਹਾਂ ਮਨਸੂਰ ਨੇ ਕਿਹਾ। ਬੜੀ ਕਮਾਈ ਵਾਲਾ ਸੀ ਮਨਸੂਰ, ਰਸਤਾ ਬਦਲ ਗਿਆ। ਜਿੱਥੇ ਮੈਂ ਇਹਨੂੰ ਮਾਰਨਾ ਸੀ
ਉੱਥੇ ਮੈਂ ਅੰਦਰ ਪਹਾੜ ਜੱਡੀ ਹੋ ਗਈ। ਮੈਂ ਹੱਕ ਹਾਂ ਮਨਸੂਰ ਨੇ ਕਿਹਾ, ਟੁੱਟ ਗਿਆ ਜਦ ਸ਼ੀਸ਼ਾ, ਅੰਦਰ ਕੜਕ ਦੀ ਆਵਾਜ਼ ਆਈ, ਉਹ ਪੜਦਾ ਟੁੱਟਾ ਨਾ ਜਿਸ ਵੇਲੇ, ਤੇ ਆਉਣਾ ਸੀ ਇਸ ਮਾਰਗ 'ਤੇ ਕਿ ਮੈਂ ਨਹੀਂ, ਅਤੇ ਆ ਗਿਆ ਇਸ ਰਸਤੇ ਕਿ ਮੈਂ ਹੀ ਰੱਬ ਹਾਂ। ਕਿੱਡਾ ਫਰਕ ਪੈ ਗਿਆ। ਫਿਰ ਇਸੇ ਵਾਸਤੇ ਕਿਸੇ ਨੂੰ ਦੇਣਾ, ਕਿਸੇ ਦੀ ਭੇਟ ਕਰਨਾ, ਕਿ ਫਿਰ ਆਪ ਕੁਛ ਨਾ ਬਣੇ। ਜਿਸ ਨੂੰ ਸਿਰ ਦਿੱਤਾ ਉਹ ਜੋ ਮਰਜ਼ੀ ਬਣਾ ਕੇ ਰੱਖ ਦੇ। ਪੰਜਾਂ ਪਿਆਰਿਆਂ ਨੇ ਸੀਸ ਦਿੱਤੇ, ਕੁਛ ਬਣਨ ਵਾਸਤੇ ਨਹੀਂ, ਮਿਟਾ ਦਿੱਤਾ ਆਪ ਨੂੰ। ਲਓ ਜੀ ਸਿਰ ਹਾਜ਼ਰ ਹੈ, ਭਾਵੇਂ ਧੜ ਦੇ ਨਾਲ ਰਹਿਣ ਦਿਓ ਅਤੇ ਭਾਵੇਂ ਕਰ ਲਓ ਵੱਖਰਾ। ਇਹ ਸਤਿਗੁਰ ਜਬ ਸੇ ਸਿੱਖ ਤੇਰੇ, ਸੀਸ ਤੇਰੇ ਦਰਬਾਰਾ ਹੈ, ਜਿੱਦਣ ਤੇਰੇ ਸਿੱਖ ਬਣੇ ਅਤੇ ਤੈਨੂੰ ਮੱਥਾ ਟੇਕਿਆ, ਇਹ ਸਿਰ ਤੇਰੀ ਭੇਟਾ ਕੀਤਾ। ਹੁਣ ਤੇ ਤੁਹਾਡੀ ਖੁਸ਼ੀ ਆਵੇ ਤਾਂ ਇਹਨੂੰ ਧੜ ਨਾਲ ਰੱਖੋ, ਤੁਹਾਡੀ ਨਾ ਮਰਜ਼ੀ ਹੋਵੇ ਤਾਂ ਨਾ ਰੱਖੋ। ਇਹ ਸ਼ੈ ਮੇਰੀ ਹੈ ਹੀ ਨਹੀਂ ਜੋ ਮੈਂ ਆਖਾਂ ਮੈਂ ਨਹੀਂ ਦਿੰਦਾ, ਉਹ ਤਾਂ ਮੇਰਾ ਮੁਝਵੇਂ ਕੁਛ ਨਹੀਂ, ਜੋ ਕੁਝ ਹੈ ਸੋ ਤੇਰਾ, ਅਤੇ ਤੇਰਾ ਤੁਝ ਕੋ ਸੌਂਪ, ਤੇ ਤੇਰੀ ਸ਼ੈ ਤੈਨੂੰ ਦੇਣੀ, ਉਸ ਵਿੱਚ ਮੇਰਾ ਕੀ ਲੱਗ ਰਿਹਾ। ਮੇਰਾ ਤਾਂ ਕੁਛ ਲੱਗ ਰਿਹਾ ਹੋਵੇ ਜੇ ਮੈਂ ਆਪਣੀ ਸ਼ੈ ਤੈਨੂੰ ਦੇਵਾਂ। ਤੇਰੀ ਸ਼ੈ ਤੇਰੇ ਅਰਪਣ ਪਿਆ ਕਰਦਾ ਹਾਂ, ਮੇਰਾ ਤਾਂ ਕੁਛ ਲੱਗ ਨਹੀਂ ਰਿਹਾ ਇਸ ਵਿੱਚ। ਤੇਰਾ ਤੁਝ ਕੋ ਸੌਂਪ, ਤੇ ਕਿਆ ਲਾਗੇ ਮੇਰਾ। ਤੋ ਜਿਹਨੇ ਆਪਣਾ ਸਰੀਰ ਹੀ ਆਪਣਾ ਨਹੀਂ ਕਰ ਜਾਤਾ, ਉਹ ਕੁਛ ਬਣਨ ਦੀ ਇੱਛਾ ਕਰ ਸਕਦਾ ਨਹੀਂ, ਉਹ ਤਾਂ ਮਿਟਾਈ ਬੈਠਾ ਆਪਣੀ। ਮਿੱਟੀ ਘੁਮਿਆਰ ਦੇ ਹੱਥ ਆਈ ਆ, ਹੁਣ ਤੇਰੀ ਮਰਜ਼ੀ ਜੈਸਾ ਖਿਲੋਨਾ ਬਣਾ ਦੇ, ਬਣਾ ਕੇ ਫਿਰ ਤੋੜ ਦੇ, ਤੋੜ ਕੇ ਫਿਰ ਬਣਾ ਲੈ। ਤੋ ਆਖਿਆ ਸਿੱਖ ਨੇ ਵੀ ਆਪ ਨੂੰ ਮਿਟਾਉਣਾ, ਕਿਉਂਕਿ ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਜ਼ਰੀ ਆਇਆ। ਸਭ ਥਾਈਂ ਪਰਮੇਸ਼ਰ ਨਜ਼ਰ ਆ ਗਿਆ ਜਿਸ ਵੇਲੇ ਆਪਣੇ ਆਪ ਨੂੰ ਮਿਟਾ ਦਿੱਤਾ। ਅਤੇ ਮਿਟਾਉਣ ਦਾ ਮਾਰਗ ਹੈ ਆਪ ਨੂੰ ਗੁਰੂ ਅੱਗੇ ਭੇਟਾ ਕਰ ਦੇਣਾ। ਲਓ ਜੀ ਹਾਜ਼ਰ ਹੈ। ਇਹ ਤਾਂ ਵੱਡੀ ਚਾਲ ਹੈ, ਪਰ ਜੋ ਨਿੱਕਾ ਨਿੱਕਾ ਹੁਕਮ ਨਹੀਂ ਮੰਨ ਸਕਦਾ, ਛੋਟੇ ਛੋਟੇ ਹੁਕਮਾਂ ਬਚਨਾਂ 'ਤੇ ਫੁੱਲ ਨਹੀਂ ਚੜਾ ਸਕਦਾ, ਉਹ ਵੱਡੀ ਆਗਿਆ ਦਾ ਪਾਲਣ ਕਿਵੇਂ ਕਰੇ। ਇਹ ਤਾਂ ਆਗਿਆ ਸਿਰੇ ਦੀ ਹੈ, ਇਹ ਤਾਂ ਅਖੀਰਲਾ ਇਮਤਿਹਾਨ ਹੈ। ਜੋ ਵਿਸਾਖੀ ਵਾਲੇ ਦਿਨ ਲਿਆ ਅਤੇ ਫਿਰ ਖਾਲਸਾ ਸਾਜਿਆ, ਸਾਜ ਕੇ ਖਾਲਸਾ, ਅਤੇ ਫਿਰ ਆਖਿਆ ਇਹ ਮੇਰਾ ਰੂਪ ਹੈ। ਖਾਲਸੇ ਨਹੀਂ ਆਖਿਆ ਮੈਂ ਗੁਰੂ ਕਾ ਰੂਪ ਹਾਂ, ਇਹੀ ਫਰਕ ਹੈ। ਖਾਲਸੇ ਨਹੀਂ ਆਖਿਆ ਵੀ ਮੈਂ ਗੁਰੂ ਕਾ ਰੂਪ ਹਾਂ, ਗੁਰੂ ਨੇ ਆਖਿਆ ਖਾਲਸਾ ਮੇਰਾ ਰੂਪ ਹੈ, ਕਿਉਂਕਿ ਖਾਲਸੇ ਦੇ ਵਿੱਚ ਮੈਂ ਨਿਵਾਸ ਕੀਤਾ ਹੈ। ਖਾਲਸੇ ਨਹੀਂ ਆਖਿਆ ਮੇਰੇ ਵਿੱਚ ਗੁਰੂ ਕਾ ਨਿਵਾਸ ਹੈ, ਇਸ ਵਾਸਤੇ ਮੈਂ ਗੁਰੂ ਹਾਂ। ਗੁਰੂ ਨੇ ਆਖਿਆ ਖਾਲਸਾ ਮੇਰੀ ਜਾਨ ਕੋ ਜਾਨ, ਖਾਲਸੇ ਨਹੀਂ ਆਖਿਆ ਮੈਂ ਗੁਰੂ ਦੀ ਜਾਨ ਦੀ ਜਾਨ, ਮੈਂ ਗੁਰੂ ਦੇ ਪ੍ਰਾਣ ਦੇ ਪ੍ਰਾਣ।
ਖਾਲਸੇ ਨੇ ਜਦ ਸਿਰ ਦਿੱਤਾ ਆਪ ਨੂੰ ਮਿਟਾਇਆ ਤਾਂ ਖਾਲਸੇ ਨੂੰ ਇਹ ਗੱਲ ਸੁਝਾਈ ਕਿਉਂ? ਇਹ ਮਨ ਵਿੱਚ ਆਵੇ ਹੀ ਕਿਉਂ ਵੀ ਮੈਂ ਕੁਛ ਬਣ ਗਿਆ ਹਾਂ, ਜਾਣੇ ਕੀ ਬਣਾਇਆ ਸੂ ਤੇ ਕੀ ਪਿਆਖਦਾ ਤੇ ਕੀ ਵਡਿਆਈਆਂ ਦੇ ਰਿਹਾ। ਪੰਜ ਵਾਰੀ ਆਏ, ਵਾਰੀ ਚ ਪਾਨ ਚਮਕਾਈ, ਪੰਜ ਵਾਰੀ ਸ਼ੇਰ ਵਾਂਗੂ ਗਰਜੇ, ਇੱਕ ਹੋਰ ਸਿਰ ਦੀ ਲੋੜ ਹੈ, ਇੱਕ ਹੋਰ ਲੋੜ ਹੈ, ਇੱਕ ਹੋਰ ਲੋੜ ਹੈ। ਰੱਬ ਜਾਣੇ ਸਿਲਸਿਲਾ ਕਿੱਥੋਂ ਤੱਕ ਚੱਲੇਗਾ, ਉੱਠ ਵਹੀ ਚੱਲੀਏ। ਗੁਰੂ ਤੇ ਜਾਪਦਾ ਖੂਨ ਸਵਾਰ ਹੈ, ਜਿਸ ਕੋਲ ਇੱਕ ਖੂਨ ਹੋ ਜਾਏ ਨਾ ਫਿਰ ਉਸਨੂੰ ਮਹਿਸੂਸ ਨਹੀਂ ਹੁੰਦਾ, ਭਾਵੇਂ ਕਿਤਨੇ ਮਾਰ ਦੇਣ। ਇਸ ਵਾਸਤੇ ਪਹਿਲਾ ਹੀ ਡਰ ਹੁੰਦਾ ਹੈ, ਉਹ ਉਤਰ ਗਿਆ। ਆ ਦਇਆ ਰਾਮ ਦਾ ਖੂਨ ਕਰ ਦਿੱਤਾ ਸੀ, ਹੁਣ ਪਤਾ ਨਹੀਂ ਹੋਰ ਕਿਤਨੇ ਕਰੇਗਾ। ਇਹ ਜਿਤਨੇ ਵੀ ਸਿਰ ਦੇਣ ਵਾਲੇ ਸਨ, ਇਹ ਕੌਣ ਸਨ? ਇਹ ਕੋਈ ਵੱਡੇ ਅਮੀਰ ਨਹੀਂ ਸਨ। ਅਸੀਂ ਇਹ ਦੇਖਦੇ ਹਾਂ ਫਲਾਣੇ ਮਹਾਤਮਾ ਕੋਲ ਕਿ ਅਮੀਰ ਜਾਂਦੇ ਸੀ, ਜਿੱਥੇ ਫਿਰ ਬਹੁਤੀ ਦੁਨੀਆਂ ਹੋਵੇ, ਵੱਡੇ ਅਮੀਰ ਹੋਣ, ਵੱਡੀਆਂ ਮੋਟਰਾਂ ਵਾਲੇ ਹੋਣ, ਸਮਝਦੇ ਹਾਂ ਇੱਥੇ ਜ਼ਰੂਰ ਕੋਈ ਸ਼ਕਤੀ ਹੈ। ਵੱਡੇ 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 ਬੰਦੇ, ਪਰ ਉਸਦੀ ਨਿਗਾਹ ਵਿੱਚ ਬੰਦੇ ਇਹ ਵੱਡੇ ਨਹੀਂ ਜਿਨ੍ਹਾਂ ਕੋਲ ਧਨ ਹੈ ਜਾਂ ਜਿਨ੍ਹਾਂ ਕੋਲ ਮੋਟਰਾਂ ਹਨ। ਉਹਨਾਂ ਦੀ ਨਿਗਾਹ ਵਿੱਚ ਉਹ ਵੱਡੇ ਹਨ ਜਿਨ੍ਹਾਂ ਦੇ ਅੰਦਰ ਸਿਦਕ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੈ। ਵੱਡਾ ਸੀ ਨਾ ਭਾਈ ਹੇਮਾ, ਪੰਜੇ ਪਾਤਸ਼ਾਹ ਕੀਰਤਨ ਦਾ ਭੋਗ ਪੈਂਦਿਆਂ ਹੀ ਉੱਠ ਕੇ ਤੁਰ ਪਏ ਸਾਰੀ ਸੰਗਤ ਮਗਰ। ਅੱਜ ਗਰੀਬ ਨਿਵਾਜ ਪਾਤਸ਼ਾਹ ਨੇ ਅਚਰਜ ਕੌਤਕ ਕੀਤਾ ਹੈ। ਅੱਗੇ ਕੀਰਤਨ ਦਾ ਭੋਗ ਪੈਂਦਾ ਸੀ, ਅਰਦਾਸਾਂ ਹੁੰਦਾ ਸੀ, ਸੰਗਤ ਭੁਗਤਦੀ ਸੀ, ਮੱਥੇ ਟੇਕਦੇ ਸਨ, ਪਿਆਰ ਵਾਲੇ ਦੂਰੋਂ ਦੂਰੋਂ ਆਏ ਹੋਏ ਬਖਸ਼ਿਸ਼ਾਂ ਲੈਂਦੇ ਸਨ। ਅੱਜ ਸਾਹਿਬ ਜਾਪਦਾ ਕੀਰਤਨ ਵਿੱਚ ਵੀ ਬੇਚੈਨ ਰਹੇ ਸਨ, ਕੀਰਤਨ ਦੇ ਵਿੱਚ ਵੀ ਆਪਦੀ ਬਿਰਤੀ ਲੱਗੀ ਨਹੀਂ ਪੂਰੀ, ਬੈਠੇ ਰਹੇ ਸਨ, ਪਰ ਕੀਰਤਨ ਦਾ ਭੋਗ ਪੈਂਦਿਆਂ ਹੀ ਉੱਠ ਕੇ ਤੁਰ ਪਏ। ਖਬਰ ਨਹੀਂ ਕੀ ਗੱਲ ਹੈ, ਔਰ ਗੱਲ ਬੜੀ ਨਵੀਂ ਹੈ। ਚਲੋ ਭਾਈ ਚਲੀਏ, ਮਗਰ ਮਗਰ ਚਲੀਏ, ਦੇਖੀਏ ਹਜ਼ੂਰ ਕਿੱਧਰ ਜਾ ਰਹੇ ਹਨ ਔਰ ਕਿਸ ਦੀ ਖਿੱਚ ਪੈ ਰਹੀ ਹੈ, ਕਿਸ ਨੇ ਬੇਚੈਨ ਕੀਤਾ ਹੋਇਆ। ਸਾਹਿਬ ਤੁਰਦੇ ਤੁਰਦੇ ਕਿੱਥੇ ਪਹੁੰਚੇ? ਜਿੱਥੇ ਕੱਖਾਂ ਦੀ ਕੁੱਲੀ, ਕੱਖਾਂ ਦੀ ਝੁੱਗੀ, ਜਿਹਦੇ ਅੰਦਰ ਬੈਠਾ ਭਾਈ ਹੇਮਾ ਤੇ ਗਾ ਰਿਹਾ ਗੁਣ ਸਾਹਿਬ ਦੇ, ਤੇ ਪੰਜੇ ਪਾਤਸ਼ਾਹ ਜਾ ਪਹੁੰਚੇ। ਭਾਈ ਹੇਮਾ ਬੜੀ ਸੁਹਾਵੀ ਛਾਪਰੀ, ਤੇਰੀ ਛਪਰੀ ਕਿੱਡੀ ਸੋਹਣੀ, ਹੇਮਾ ਤੇਰੀ ਛਪਰੀ ਚੋਂ ਲਪਟਾਂ ਆ ਰਹੀਆਂ, ਖੁਸ਼ਬੂ ਆ ਰਹੀ ਹੈ। ਜਪਣ ਵਾਲਿਆ, ਗੁਰੂ ਨਾਨਕ ਦੇ ਗੁਣ ਗਾਉਣ ਵਾਲਿਆ, ਕਿੱਥੇ ਬੈਠੇ ਨੂੰ ਕਿੱਡੀਆਂ ਖਿੱਚਾਂ ਪਾਈਆਂ ਨੇ। ਮੈਂ ਚੈਨ ਨਾਲ ਬੈਠ ਕੇ ਕੀਰਤਨ ਵੀ ਨਹੀਂ ਸੁਣ ਸਕਿਆ, ਮਨ ਤੇਰੇ ਵੱਲ ਰਿਹਾ, ਭੋਗ ਪੈਂਦਿਆਂ ਹੀ ਉੱਠ ਕੇ ਆ ਗਿਆ। ਭਾਈ ਹੇਮਾ ਸੁਧ ਬੁਧ ਬੁਲਾਈ ਬੈਠਾ, ਇੱਕੋ ਹੀ ਧੁਨ ਲਾਈ ਹੋਈ ਸੀ ਕਿ ਸਾਹਿਬ ਨੇ ਜਾ ਗਲਵੱਕੜੀ ਪਾਈ, ਸਤਿ ਬੋਲੋ ਸ੍ਰੀ। ਤੇ ਫਿਰ ਹਜ਼ੂਰ ਨੇ ਆਖਿਆ, ਬੜੀ ਸੁਹਾਵੀ ਛਾਪਰੀ, ਜਾਂ ਮੈਂ ਗੁਣ ਗਾਏ, ਕਿਤ ਹੀ ਕਾਜ ਨਾ ਧੌਲ ਹੈ। ਉਹਨਾਂ ਕੌਲਰਾਂ ਨੂੰ, ਉਹਨਾਂ ਮਹੱਲਾਂ ਨੂੰ ਮੈਂ ਕੀ ਆਖਾਂ, ਕਿਸ ਕੰਮ ਦੇ ਹਨ, ਕਿਸ ਕੰਮ ਆਵਣਗੇ, ਜਿਨ੍ਹਾਂ ਵਿੱਚ ਕੋਈ ਬਹਿ ਕੇ ਨਹੀਂ ਜਪਦਾ ਸ੍ਰੀ ਵਾਹ। ਔਰ ਇਹ ਛਪਰੀ ਕਿੱਡੀ ਸੋਹਣੀ ਹੈ,
ਜਿਸ ਵਿੱਚ ਬਹਿ ਕੇ ਕੋਈ ਜਪ ਰਿਹਾ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਇਹ ਛਪਰੀ ਅਤੇ ਮਹਿਲ ਸਮਝ ਲਓ ਸਰੀਰ ਹਨ। ਇੱਕ ਤਾਂ ਉਹ ਸਰੀਰ ਹਨ ਜਿਨ੍ਹਾਂ 'ਤੇ ਕੱਪੜੇ ਮੈਲੇ ਹਨ, ਗਰੀਬ ਹਨ, ਢਿੱਡੋਂ ਭੁੱਖੇ ਹਨ, ਗੁਜ਼ਾਰਾ ਮੁਸ਼ਕਿਲ ਹੈ, ਪਰ ਨਾਮ ਜਪਦੇ ਹਨ, ਵਿਹਲੇ ਨਾਲ ਜਪਦੇ ਹਨ। ਇੱਕ ਪਾਸੇ ਅਮੀਰ ਹੈ, ਧਨ ਦਾ ਤੋਟਾ ਕੋਈ ਨਹੀਂ, ਸੌਂਦਾ ਤਾਂ ਅੰਮ੍ਰਿਤ ਵੇਲੇ ਦੀ ਹੋਸ਼ ਹੀ ਨਹੀਂ ਰਹਿੰਦੀ। ਜੇ ਪੰਜਵੇਂ ਪਾਤਸ਼ਾਹ ਆਉਣਗੇ ਤਾਂ ਕਿਸ ਕੋਲ ਆਉਣਗੇ? ਗਰੀਬ ਕੋਲ ਹੀ ਆਉਣਗੇ ਨਾ, ਭੁੱਖਾਂ ਦੀ ਕੁੱਲੀ ਵਾਲੇ ਕੋਲ ਆਉਣਗੇ ਨਾ, ਉਸੇ ਨੂੰ ਆਖਣਗੇ ਨਾ ਬੜੀ ਸੁਹਾਵੀ ਛਾਪਰੀ, ਜਾ ਮੈਂ ਗੁਣ ਗਾਏ ਜਿੱਥੇ ਤੂੰ ਬਈ ਬਹਿ ਕੇ ਗੁਣ ਗਾ ਰਹੇ, ਇਹ ਤੇਰੀ ਛਪਰੀ ਸੋਹਣੀ ਹੈ। ਉਹ ਛਪਰੀਆਂ ਵਾਲੇ ਸਨ ਵਿਚਾਰੇ ਜਿਨ੍ਹਾਂ ਨੇ ਉੱਠ ਕੇ ਸਿਰ ਵੇਟ ਕੀਤੇ। ਕੋਈ ਨਾਈ ਹੈ ਤੇ ਕੋਈ ਜੀਵਰ ਹੈ ਤੇ ਕੋਈ ਛੀਂਬਾ ਹੈ, ਇਹਨਾਂ ਵਿੱਚੋਂ ਨਾ ਕੋਈ ਉੱਚੀ ਜਾਤ ਦਾ ਤੇ ਨਾ ਕੋਈ ਵੱਡਾ ਅਮੀਰ ਹੈ, ਐਨ ਸਭ ਨੀਵੀਂ ਜਾਤ ਦੇ ਔਰ ਵਿਚਾਰੇ ਸੱਜੀ ਗੁਜਰਾਨ ਵਾਲੇ, ਜਿਨ੍ਹਾਂ ਉੱਠ ਕੇ ਸਿਰ ਅੱਗੇ ਰੱਖ ਕੇ ਆਖਿਆ ਗਰੀਬ ਨਵਾਜ ਆ ਸਿਰ ਹਾਜ਼ਰ ਹੈ, ਵੱਢ ਲੈ ਤੇਰੀ ਮਰਜ਼ੀ, ਰਹਿਣ ਦੇ ਤੇਰੀ ਖੁਸ਼ੀ। ਫਿਰ ਇਹਨਾਂ ਪੰਜਾਂ ਨੂੰ ਇਹ ਨਹੀਂ ਪੁੱਛਿਆ ਵੀ ਤੁਹਾਡੀ ਜਾਤ ਕੀ ਹੈ, ਇਹ ਨਹੀਂ ਪੁੱਛਿਆ ਵੀ ਤੁਹਾਡੇ ਕੋਲ ਪੈਸਾ ਕਿਤਨਾ ਨਹੀਂ। ਸਭ ਤੋਂ ਵੱਡੀ ਸ਼ੈ ਜੋ ਉੱਥੇ ਪੁੱਗਦੀ ਹੈ ਉਹ ਹੈ ਸਿਦਕ। ਉਹ ਜਿਨ੍ਹਾਂ ਵਿੱਚ ਆ ਜਾਵੇ, ਜਿਨ੍ਹਾਂ ਕੋਲ ਹੋਵੇ, ਉਹ ਫਿਰ ਸਿਦਕਵਾਨਾਂ ਨੂੰ ਕੱਲ੍ਹ ਦੇ ਦਿਨ ਵਿਸਾਖੀ ਵਾਲੇ ਦਿਨ ਹਜ਼ੂਰ ਨੇ ਬਖਸ਼ਿਸ਼ ਕਰਕੇ ਕੀ ਬਣਾਇਆ? ਖਾਲਸਾ, ਖਾਲਸਾ ਅਤੇ ਜੜ੍ਹਾਂ ਲਾਈਆਂ ਪਤਾਲ ਵਿੱਚ। 80-80 ਰੁਪਈਏ ਸਿਰ ਦਾ ਮੁੱਲ ਪਵੇ ਅਤੇ ਮੁੜ ਵੀ ਖਾਲਸਾ ਰਹੇ, ਮਿਟ ਨਾ ਸਕੇ ਕਿਸੇ ਤੋਂ, ਕੋਈ ਮਿਟਾ ਨਾ ਸਕੇ ਖਾਲਸੇ ਨੂੰ। ਹਾਂ, ਸਮੇਂ ਵਿੱਚ ਤਬਦੀਲੀਆਂ ਹੁੰਦੀਆਂ ਹਨ, ਸਮਾਂ ਪਾ ਕੇ ਕਦੀ ਤਾਂ ਫਸਲਾਂ ਦੇ ਢੇਰ ਲੱਗੇ ਪਏ ਹੁੰਦੇ ਹਨ ਅਤੇ ਕਦੀ ਕਾਲ ਵੀ ਪੈ ਜਾਂਦਾ, ਪਰ ਬੀਜ ਨਾਸ਼ ਨਹੀਂ ਹੁੰਦਾ, ਸਿਆਣੇ ਬੀਜ ਬਚਾ ਲੈਂਦੇ ਹਨ। ਜਿਵੇਂ ਬਾਬਾ ਜੀ ਆਖਦੇ ਸਨ, ਅਸੀਂ ਬੀਜ ਰੱਖਿਆ ਹੋਇਆ। ਸਾਡੇ ਪਿੰਡ ਬਾਬਾ ਜੀ ਆਏ ਅਤੇ ਮੈਨੂੰ ਕਹਿਣ ਲੱਗੇ ਵੀ ਤੂੰ ਕੋਈ ਕਾਪੀ ਬਣਾਈ ਹੋਈ ਹੈ ਜਿਸ ਤੋਂ ਇਹ ਯਾਦ ਕਰਕੇ ਸੁਣਾਉਣਾ? ਮੈਂ ਕਿਹਾ ਜੀ ਕਾਪੀ ਹੈ। ਕਹਿਣ ਲੱਗੇ ਸਵੇਰੇ ਲਿਆਈ। ਮੈਂ ਸਵੇਰੇ ਕਾਪੀ ਲੈ ਕੇ ਗਿਆ, ਕਾਪੀ ਤਾਂ ਬਾਬਾ ਜੀ ਨੇ ਸੁਣਨੀ ਨਹੀਂ ਸੀ, ਨਾ ਸੁਣੀ, ਬਚਨ ਹੋਰ ਚੱਲ ਪਏ। ਪਿੱਛੋਂ ਪਾਈਆ ਜੀ ਨੇ ਸੋਚਿਆ ਵੀ ਸਵੇਰ ਦਾ ਗਿਆ, ਦੁਪਹਿਰਾਂ ਹੋ ਗਈਆਂ ਨੇ, ਹੁਣ ਤੱਕ ਆਇਆ ਨਹੀਂ। ਪਾਈਆ ਜੀ ਵੀ ਆ ਗਏ ਅਤੇ ਜਿਸ ਵੇਲੇ ਅੰਦਰ ਆਏ ਤੇ ਕਹਿਣ ਲੱਗੇ ਜੀ ਬਾਹਰ ਇੱਕ ਮਾਈ ਰੋ ਰਹੀ ਹੈ, ਉਸਦਾ ਬੱਚਾ ਬਿਮਾਰ ਹੈ। ਬਾਬਾ ਜੀ ਉਹ ਬੇਨਤੀ ਕਰਦੀ ਹੈ ਵੀ ਮੇਰਾ ਬੱਚਾ ਰਾਜੀ ਹੋ ਜਾਏ। ਬਾਬਾ ਜੀ ਕਹਿਣ ਲੱਗੇ ਰਾਗਾ ਸਿਆ, ਕੋਈ ਅਕਲ ਦੀ ਗੱਲ ਕਰ। ਕਹਿਣ ਲੱਗੇ ਮਹਾਰਾਜ ਤੁਹਾਡਾ ਕੀ ਯਾਰ, ਤੁਸੀਂ ਇੱਕ ਵਾਰੀ ਕਹਿ ਹੀ ਦੇਣਾ ਨਾ ਵੀ ਜਾ ਰਾਜੀ ਹੋ ਜਾ। ਉਸ ਵੇਲੇ ਜਰਾ ਖੁੱਲੀ ਗੱਲ ਹੋ ਜਾਂਦੀ ਸੀ, ਕਿਹੜੀ ਪਾਬੰਦੀ ਨਹੀਂ ਸੀ। ਬਾਬਾ ਜੀ ਕਹਿਣ ਲੱਗੇ ਨਾ ਬਈ, ਅਸਾਂ ਤਾਂ ਬੀਜ ਰੱਖਿਆ ਹੋਇਆ। ਪਾਇਆ ਜੀ ਨੇ ਆਖਿਆ ਜੀ ਮੈਂ ਸੰਤ ਹੁੰਦਾ ਨਾ ਤੁਹਾਡੇ ਜਿੱਡਾ,
ਤੇ ਮੈਂ ਤਾਂ ਬੂਹਾ ਖੋਲ ਦਿੰਦਾ ਵੀ ਆ ਜਾਓ ਜਿਸਨੇ ਆਣਾ। ਬਾਬਾ ਜੀ ਕਹਿਣ ਲੱਗੇ ਹੋਵੇਗਾ ਤਾਂ ਇਵੇਂ ਹੀ ਸਮਾਂ ਪਾ ਕੇ, ਪਰ ਸਿਆਣਾ ਕਿਸਾਨ ਬੀਜ ਨਹੀਂ ਖਾਂਦਾ, ਉਸਨੂੰ ਬੀਜਦਾ ਹੈ। ਇਹ ਅਸੀਂ ਬੀਜ ਰਹੇ ਹਾਂ ਔਰ 6 ਜਨਮਾਂ ਤੋਂ ਬੀਜ ਰਹੇ ਹਾਂ। ਇਹ ਨਾ ਤੁਸੀਂ ਆਖੋ ਬਈ ਇਹ ਫਲੇਗਾ ਕਦੋਂ ਕਿ ਕਦੋਂ ਉਹ ਸਮਾਂ ਆਵੇਗਾ, ਕਿਉਂਕਿ ਰਮਤ ਸੁੱਟਦੇ ਹਨ, ਰਾਜ ਤਾਂ ਨਹੀਂ ਦਿੰਦੇ। ਪਰ ਬਾਬਾ ਜੀ ਨੇ ਇਹ ਦੱਸਿਆ ਵੀ ਆਹ ਸਮਾਂ ਤੇ ਲੁਕ ਛਿਪ ਕੇ ਗੁਜ਼ਾਰਨ ਵਾਲਾ, ਆ ਸਮਾਂ ਤੇ ਬੀਜ ਰੱਖਣ ਵਾਲਾ ਹੈ, ਨਹੀਂ ਤੇ ਨਾ ਜਾਣੀਏ ਕਿਤੇ ਬੀਜ ਹੀ ਨਾਸ਼ ਹੋ ਜਾਏ। ਸੋ ਜਿਹੜੇ ਪ੍ਰਤੱਖ ਕਰਾਮਾਤਾਂ ਦਿਖਾ ਰਹੇ ਹਨ ਬਾਬਾ ਜੀ ਦੇ ਬਚਨਾਂ ਨਾਲ, ਉਹਨਾਂ ਦਾ ਇਹ ਕੰਮ ਮੇਲ ਨਹੀਂ ਖਾਂਦਾ। ਬਾਬਾ ਜੀ ਨੇ ਆਖਿਆ ਸਮਾਂ ਲੁਕ ਕੇ ਗੁਜ਼ਾਰਨ ਵਾਲਾ, ਛੁਪ ਕੇ ਇਸ ਸਮੇਂ ਤਾਂ ਜਿਤਨਾ ਕੋਈ ਜਪ ਲਵੇ, ਲੁਕ ਕੇ ਜਪ ਲਵੇ, ਵਾਹ ਨਾ ਲੱਗਣ ਦੇਣ, ਰਜਾ ਵਿੱਚ ਰਹਿ ਕੇ ਜੋ ਹੁੰਦਾ ਹੋਈ ਜਾਏ ਪਰ ਜਪੀ ਜਾਏ। ਜਦੋਂ ਸਮਾਂ ਆਵੇਗਾ ਫਿਰ ਇਹ ਵੀ ਕਠਿਨ ਇਮਤਿਹਾਨ ਹੈ, ਕਿਹੜੀਆਂ ਸ਼ਕਤੀਆਂ ਬਰਕਤਾਂ ਕਮਾਈਆਂ ਦੇ ਹੁੰਦਿਆਂ ਜੋ ਕੁਝ ਹੁੰਦਾ ਕਿ ਹੋਈ ਜਾਏ। ਬਾਬਾ ਜੀ ਕਹਿਣ ਲੱਗੇ ਸ਼ਕਤੀ ਇਹ ਹੈ ਕਿ ਪਰਲੋ ਹੁੰਦੀ ਹੋਵੇ ਔਰ ਰੱਖ ਸਕਦਾ ਹੋਵੇ, ਬਚਾ ਸਕਦਾ ਹੋਵੇ, ਇੱਕ ਉਂਗਲੀ ਦੇ ਇਸ਼ਾਰੇ ਨਾਲ ਸਮਾਂ ਟਾਲ ਸਕਦਾ ਹੋਵੇ ਤੇ ਮੁੜ ਸਿਰ ਨਿਵਾ ਕੇ ਰਜਾ ਵਿੱਚ ਆ ਜਾਏ। ਜਾਂ 5 ਪਾਤਸ਼ਾਹ ਤੱਤੀ ਲੋਹ ਤੇ ਬੈਠੇ, ਤੱਤੀ ਲੋਹ ਠਾਰ ਨਹੀਂ ਸਨ ਸਕਦੇ, ਚੰਦੂ ਦਾ ਮਨ ਨਹੀਂ ਸਨ ਬਦਲਾ ਸਕਦੇ, ਪਰ ਇਹ ਸਭੋ ਕੁਝ ਆਪਣੇ ਸਰੀਰ ਤੇ ਸਹਾਰਿਆ ਤੇ ਨਾਲ ਆਖਿਆ ਤੇਰਾ ਕੀਆ ਮਿੱਠਾ ਲੱਗ। ਤੇਰੇ ਮਨ ਬਦਲਾ ਦਿੰਦੇ, ਅੱਗ ਠੰਡੀ ਕਰ ਦਿੰਦੇ, ਮੁੜ ਕਿਵੇਂ ਕਹਿੰਦੇ ਤੇਰਾ ਕੀਆ ਮਿੱਠਾ ਲਾਗੇ, ਇਹ ਅੱਖਰ ਸਾਨੂੰ ਕਿਵੇਂ ਨਸੀਬ ਹੁੰਦੇ। ਉਸੇ ਤਰ੍ਹਾਂ ਬਾਣੀ ਦਾ ਹਰ ਅੱਖਰ ਇਹ ਸਿੱਖ ਦਾ ਇਮਤਿਹਾਨ ਹੈ। ਹਰ ਅੱਖਰ ਸਿੱਖ ਦੇ ਵਾਸਤੇ ਪੂਰਨੇ ਵੀ ਹਨ, ਪੜ੍ਹਾਈ ਵੀ ਹੈ ਔਰ ਹਰ ਅੱਖਰ ਸਿੱਖ ਦਾ ਇਮਤਿਹਾਨ ਵੀ ਹੈ। ਨਾ ਜਾਣੇ ਕਿਹੜਾ ਇਮਤਿਹਾਨ ਕਿੱਤਾ ਲੈਣਾ ਹੋਵੇ, ਕਿਸੇ ਦਾ ਹਿਸਾਬ ਦਾ ਹੁੰਦਾ ਨਾ, ਕਿਸੇ ਦਾ ਅੰਗਰੇਜ਼ੀ ਦਾ ਪਰਚਾ ਹੁੰਦਾ, ਕਿਸੇ ਦਾ ਕੋਈ ਕੈਸਾ ਮਜ਼ਮੂਨ ਜਿਸਨੇ ਲਿਆ ਹੋਵੇ। ਇਸੇ ਤਰ੍ਹਾਂ ਬਈ ਖਾਲਸੇ ਨੂੰ ਗੁਰੂ ਨੇ ਆਖਿਆ ਇਹ ਮੇਰਾ ਰੂਪ ਹੈ, ਆਪਣਾ ਰੂਪ ਬਖਸ਼ਿਆ, ਆਪਣਾ ਰੂਪ ਬਣਾਇਆ। ਤੋ ਕੱਲ ਹਰ ਸਿੱਖ ਦਾ ਜਨਮ ਦਿਨ ਹੈ, ਹਰ ਇੱਕ ਸਿੱਖ ਦਾ ਵੱਖਰੇ ਵੱਖਰੇ ਜਨਮ ਦਿਨ, ਭਾਵੇਂ ਆਪਣੇ ਕੋਈ ਪਿਆ ਮਨਾਵੇ, ਪਰ ਕੱਲ ਜੋ ਕੋਈ ਆਪ ਨੂੰ ਗੁਰੂ ਦਾ ਸਿੱਖ ਆਖਦਾ ਉਸਦਾ ਕੱਲ ਜਨਮ ਦਿਨ ਹੈ, ਕਿਉਂਕਿ ਕੱਲ ਦੇ ਦਿਨ ਹਰ ਸਿੱਖ ਨੂੰ ਪ੍ਰਤੀਤ ਹੋਵੇਗਾ ਕਿ ਮੇਰਾ ਕਲਗੀਆਂ ਵਾਲਾ ਮੈਨੂੰ ਸਦ ਪਿਆ ਦਿੰਦਾ ਔਰ ਮੈਂ ਆਪਣਾ ਸਿਰ ਉਸਦੇ ਚਰਨਾਂ ਤੇ ਭੇਟ ਕਰਨਾ। ਕੌਣ ਲੰਘੇ ਇਸ ਪ੍ਰੇਮ ਦੀ ਗਲੀ ਵਿੱਚੋਂ, ਉਹ ਕੋਈ ਕੋਈ ਲੰਘਦਾ ਕੋਈ ਲੰਗੂ ਕੋਈ ਕੋਈ ਲੰਗੂ।
ਕੋਈ ਨਾ ਜਾਂਦਾ।